वाहगुरु जी का खालसा वाहगुरु जी की फतेह। तो देख रहे हो दीवड़ा मैं टीवी चैनल से असं नकोदर हॉस्पिटल के पहुंचे हाँ, जो कि इतने तुम्हें अं दिखा लेना चाहते हैं किमें जड़िया कि उन्होंने सट्टा लगिया, इन्हों की सट्टा किमें लगिया, उन्होंने असं वाइफ न गलबात करने यत्न करते हैं। भैन जी सत श्री अकाल। सत श्री अकाल जी। तुहाडे किदां सट्टा लगिया ने इन्हां दे? ਭਾਜੀ ਸੁੱਤੇ ਪਏ ਸੀਗੇ ਮੱਝ ਦੇ ਕੋਲ, ਅਸੀਂ ਮੰਜਾ ਡਾ ਕੇ ਰੋਜ਼ ਹੀ ਪੈਨੇ ਆ ਤੇ ਉਧਰੋਂ ਮੁੰਡੇ ਆਏ ਆ, ਕਹਿੰਦੇ ਅਸੀਂ ਕੰਮ ਤੋਂ ਆਏ ਆ, ਇਹਨੂੰ ਠਾਲਿਆ ਆਣ ਕੇ ਕਹਿੰਦੇ ਵੀ ਚਾਚਾ ਕੀ ਕਰਦਾ ਸੁੱਤਾ ਪਿਆ ਵਾ, ਇਹ ਕਹਿੰਦਾ ਆਹੋ ਸੁੱਤਾ ਵਾ ਮੈਂ, ਤੇ ਜਦੋਂ ਠਾਲ ਕੇ ਤੇ ਕਹਿੰਦਾ ਸਾਡੇ ਮਗਰ ਬੰਦੇ ਲੱਗੇ ਹੋਏ ਆ, ਇਹਨੂੰ ਮੈਂ ਬਾਹਰ ਆਵਾਜ਼ ਸੁਣ ਕੇ ਆਈ ਇਹਨਾਂ ਦੀ ਬੋਲਦਿਆਂ ਦੀ, ਮੈਂ ਕਿਹਾ ਵੀ ਕੀ ਗੱਲ ਹੋਈ, ਮੈਂ ਕਿਹਾ ਇਹਦਾ ਤਾਂ ਬੋਲਦੇ ਆ, ਕਹਿੰਦਾ ਕਹਿੰਦੇ ਸਾਡੇ ਮਗਰ ਬੰਦੇ ਲੱਗੇ, ਮੈਂ ਕਿਹਾ ਜਾ ਦੇਖ ਕੇ ਆ ਤਾਂ ਕਿਹੜਾ ਬੰਦਾ ਵਾ, ਜਦੋਂ ਹਨਾ ਇੰਨੀ ਗੱਲ ਕਹਿ ਕੇ ਮੈਂ ਕਿਹਾ ਤੁਸੀਂ ਚੱਲ ਜਾਓ ਘਰ ਨੂੰ ਆਪਣੇ, ਕੋਈ ਨਹੀਂ ਅਸੀਂ ਦੇਖ ਲੈਣੇ ਆ ਬੰਦੇ ਜਿਹੜੇ ਆ ਤੁਹਾਡੇ ਮਗਰ ਲੱਗੇ, ਤੇ ਜਦੋਂ ਇਹਨੇ ਉਹ ਗਾਂ ਸਾਡੇ ਲਾਗੇ ਟੈਂਕੀ ਆ ਉੱਥੇ ਗਏ ਤੇ ਕਹਿੰਦੇ ਵੀ ਜਦੋਂ ਇਹਨਾਂ ਨੇ ਕਿਹਾ ਵੀ ਮੈਂ ਕਿਹਾ ਚੱਲ ਬਾਜ ਦੇ ਦਿਓ ਉਹਨਾਂ ਨੂੰ ਵੀ ਹੈ ਨਹੀਂ ਕੋਈ ਬੰਦਾ, ਇਹਨਾਂ ਨੇ ਬਾਜ ਦਿੱਤੀ ਇੱਧਰੋਂ, ਕਹਿੰਦੇ ਵੀ ਹੈ ਨਹੀਂ ਗਾ ਕੋਈ ਬੰਦਾ ਤੁਸੀਂ ਘਰ ਨੂੰ ਚੱਲ ਜਾਓ, ਉਹ ਟੈਂਕੀ ਦੇ ਲੱਗ ਗਏ ਜਿੱਦਾਂ ਵਾਪਸ ਮੁੜਿਆ ਏ, ਕਹਿੰਦਾ ਵੀ ਤੂੰ ਤਾਂ ਸਾਨੂੰ ਬਾਜਾ ਮਾਰਦਾ ਵਾ, ਇਹ ਕਹਿੰਦਾ ਮੈਂ ਤੈਨੂੰ ਬਾਜ ਥੋੜੀ ਮਾਰੀ, ਵੀ ਮੈਂ ਕਿਹਾ ਵੀ ਘਰ ਨੂੰ ਚੱਲ ਜਾਓ ਵੀ ਹੈ ਨਹੀਂ ਕੋਈ ਬੰਦਾ ਹੈ ਨਾ, ਤੇ ਜਦੋਂ ਬਾਅਦ ਚ ਇਹਦੇ ਹੱਥੋਂ ਪਾਈ ਹੋਣ ਲੱਗ ਪਏ, ਉਹਨੇ ਮੁੰਡੇ ਦੇ ਕੜਾ ਪਾਇਆ ਸੀਗਾ ਤੇ ਕੜੇ ਜਿੱਦਾਂ ਸਿਰ ਚ ਵੀ ਮਾਰੇ ਆ। ਬੰਦੇ ਪਹਿਚਾਣ ਦੇ ਵਿੱਚ ਕਿੱਥੋਂ ਦੇ ਆ? ਹਾਂਜੀ ਸਾਡੇ ਮੱਲੇ ਦੇ ਹੀ ਆ। ਤੁਹਾਡੇ ਪਿੰਡ ਦੇ ਹੀ ਆ? ਹਾਂਜੀ। ਕੋਈ ਉਹਨਾਂ ਨਾਲ ਪ੍ਰਾਣੀ ਤੁਹਾਡੀ ਰੰਜਿਸ ਕੋਈ? ਨਹੀਂ ਨਹੀਂ ਕੋਈ ਨਹੀਂ ਇਦਾਂ ਦੀ ਗੱਲਬਾਤ। ਅੱਛਾ। ਨਹੀਂ ਨਹੀਂ ਇਦਾਂ ਇਹ ਮਾਰਨ ਦਾ ਕੀ ਕਾਰਨ ਦੱਸਦੇ? ਬਸ ਮਾਰਨ ਦਾ ਇਹਨਾਂ ਇਹਨੂੰ ਇੱਧਰ ਸੁੱਤੇ ਪੈ ਨੂੰ ਠਾਲ ਕੇ ਤੇ ਬਾਅਦ ਚ ਆਹੀ ਗੱਲਾਂ ਦੋ ਹੋਈਆਂ, ਨਸ਼ਾ ਪੱਤਾ ਬਹੁਤ ਜ਼ਿਆਦਾ ਖਾਦਾ ਹੋਇਆ ਸੀ। ਹੁਣ ਕੀ ਮੰਗ ਕਰਦੇ ਹੋ ਸਰਕਾਰ ਕੋਲ? ਅਸੀਂ ਇਹ ਮੰਗ ਕਰਦੇ ਆ ਸਾਨੂੰ ਇਨਸਾਫ ਚਾਹੀਦਾ, ਵੀ ਇਦਾਂ ਘਰੇ ਆਣ ਕੇ ਥੋੜੀ ਘੁੱਟ ਸਕਦੇ ਆ। ਕੋਈ ਹੋਇਆ ਪਰਚਾ ਕੋਈ ਤੁਹਾਡੇ ਤੇ ਕੋਈ ਦਰਜ ਹੋਇਆ? ਹਾਂਜੀ ਪਰਚਾ ਦਰਜ ਹੋਇਆ ਕਿ ਉਹਨਾਂ ਨੂੰ ਲੈ ਕੇ ਗਏ ਹੋਏ ਆ ਥਾਣੇ। ਕੀ ਨਾਮ ਉਹਨਾਂ ਦਾ? ਮੁੰਡੇ ਦਾ ਨਾਮ ਪ੍ਰਿੰਸ ਆ। ਅੱਛਾ। ਜਿਨ੍ਹਾਂ ਨੇ ਸੱਟਾ ਮਾਰੀ? ਹਾਂਜੀ ਦਾ ਹਥਿਆਰ ਵੀ ਸੀਗਾ ਤੇ ਮੈਂ ਜਿੱਦਾਂ ਘਰੇ ਆਣ ਕੇ ਸਾਨੂੰ ਮਾਰਨ ਕੁੱਟਣ ਲੱਗੇ ਉਹਦੇ ਡੈਡੀ ਨੇ, ਮਗਰੋਂ ਇਦਾਂ ਫੜਿਆ ਮੇਰੇ ਜਿੱਦਾਂ ਸਿਰ 'ਚ ਮਾਰਨ ਲੱਗਾ ਸੀ ਮੁੰਡਾ, ਤੇ ਮੈਂ ਇਦਾਂ ਉਹ ਜਿਹੜਾ ਹਥਿਆਰ ਹੈ ਮੈਂ ਇਦਾਂ ਬੁੱਚ ਲਿਆ ਫੜ ਲਿਆ ਤੇ ਇਹਨਾਂ ਨੂੰ ਮੈਂ ਜਿੰਦਾ ਲਾਤਾ ਅੰਦਰ। ਉਹਲੇ ਇਦਾਂ ਜਿਹੜੀ ਅੱਜ ਕੱਲ ਆਪਾਂ ਦੇਖ ਸਕਦੇ ਆ ਵੀ ਕਿਵੇਂ ਗੁੰਡਾਗਰਦੀ ਜਿਹੜੀ ਆਮ ਪਿੰਡਾਂ ਦੇ ਵਿੱਚ ਜਿਹੜੀ ਹੋ ਰਹੀ ਆ, ਜਿਹਨਾਂ ਦਾ ਕੋਈ ਸਰਕਾਰ ਦੇ ਬਾਰੇ ਮਾੜਾ ਮੋੜਾ ਜ਼ੋਰ ਚੱਲਦਾ, ਉਹ ਇਦਾਂ ਆਮ ਗਰੀਬ ਲੋਕਾਂ ਨੂੰ ਘਰਾਂ ਦੇ ਵਿੱਚ ਆਣ ਕੇ ਵੀ ਜਿਹੜੀ ਮਾਰ ਕੁਟਾਈ ਜਿਹੜੀ ਕਰਦੇ ਨੇ। ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ। ਤੁਸੀਂ ਦੇਖ ਰਹੇ ਹੋ ਦੀਵਾਨ ਟੀਵੀ ਚੈਨਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।